ਕੀੜਿਆਂ ਨੂੰ ਤਾਂ ਇੱਥੇ ਕੋਈ ਡੰਗਰਾਂ 'ਤੇ ਨਹੀਂ ਰੱਖਦਾ ਕੋਈ, ਸੰਤ ਬਣਨਾ ਤਾਂ ਇੱਕ ਪਾਸੇ, ਇੱਥੇ ਕੋਈ ਪਹਿਰੇ 'ਤੇ ਨਹੀਂ ਰੱਖਦਾ, ਇੱਥੇ ਉਹ ਸਾਧੂ ਲੋਕ ਪਹਿਰਾ ਦੇ ਰਹੇ ਨੇ, ਲੰਗਰ ਵਰਤਾ ਰਹੇ ਨੇ। ਰਾਣਾ ਸਾਹਿਬ ਦਾ ਉਹ ਦਰਬਾਰ ਹੈ ਜਿੱਥੇ ਅੱਗੋਂ ਦੀ ਲੰਘ ਕੇ ਵੀ ਕਰੋਨਾ ਪਾਪੀਆਂ ਦਾ ਆਧਾਰ ਹੋਇਆ। ਅੰਦਰ ਆਉਣਾ ਤਾਂ ਇੱਕ ਪਾਸੇ, ਅੰਦਰ ਆਉਣਾ ਤਾਂ ਹੋਰ ਹੈ ਗੁਰਮੁਖ ਪਰ ਮਹਾਰਾਜ, ਹਰ ਨਹਿਰ ਜਾਂਦੇ ਜਾਂਦੇ ਕੋਈ ਰਾਹੀ ਤੁਹਾਡੀ ਦਰਸ਼ਨੀ ਜੋੜੀ ਰਾਹੀ ਅੰਦਰੋਂ ਦਰਸ਼ਨ ਕਰ ਗਿਆ, ਉਹਨਾਂ ਦਾ ਵੀ ਆਧਾਰ ਹੋ ਜਾਂਦਾ। ਮਹਾਰਾਜ ਪੜ੍ਹਦੇ ਕਰਕੇ ਠੰਡਾ ਠੰਡਾ ਜਲ ਜੀਰਾ ਛੱਕ ਕੇ ਜੀ ਬਾਈ, ਇੱਧਰ ਨੂੰ ਆਜੋ ਬਾਈ, ਗਲਾਸ ਚੱਕ ਕੇ ਸਾਈਡ 'ਤੇ ਹੋਈ ਚਲੋ ਵੀਰੇ, ਸਾਈਡ 'ਤੇ ਨੂੰ ਉਹਨਾਂ ਨੇ ਵੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਉਚੇਚੇ ਤੌਰ 'ਤੇ ਸੇਵਾਦਾਰ ਜੀ ਇਹਨਾਂ ਦੇ ਨਾਲ ਰੱਖੇ। ਇਹ ਗੱਲ ਵੀ ਮਹਿਸੂਸ ਹੋਈ ਅਤੇ ਉਪਰਾਮ ਹੋ ਕੇ ਇਸ਼ਨਾਨ ਕਰਕੇ ਅਸੀਂ ਰੱਬ ਦੀ ਬੰਦਗੀ ਦੁੱਧ ਵਗੈਰਾ ਪੀਆ ਕੋਈ ਦਵਾਈ ਲੈ ਲੈ ਤੇ ਬੜਾ ਤੇ